You're watching 24-hour TV channel Mehfil TV. It's full of entertainment, current issues, daily news, daily updations, advertisements, melodious songs, interviews. So stay tuned with Mehfil TV. ਮਹਿਫਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨੇ ਕਿ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮੇਰੇ ਨਾਲ ਬੈਠੇ ਹੋਏ ਨੇ ਇੰਸ਼ੋਰੈਂਸ ਐਕਸਪਰਟ ਕੁਲਦੀਪ ਚਾਲ ਜੀ ਸਤਿ ਸ਼੍ਰੀ ਅਕਾਲ ਕੁਲਦੀਪ ਜੀ ਹਾਂ ਸਤਿ ਸ਼੍ਰੀ ਅਕਾਲ ਅਮਨ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਹਿਫਲ ਟੀਵੀ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਨੂੰ ਟਾਈਮ ਦੇਣ ਦਾ ਬਿਲਕੁਲ ਜਿਵੇਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਸਾਡੇ ਨਾਲ ਬੈਠੇ ਹੋਏ ਨੇ ਇੰਸ਼ੋਰੈਂਸ ਐਕਸਪਰਟ ਜਿਹੜੇ ਸਾਨੂੰ ਡੀਟੇਲ ਦੇ ਵਿੱਚ ਦੱਸਣਗੇ ਵੀ ਜਿਹੜੀ ਇੰਸ਼ੋਰੈਂਸ ਆ ਲਾਈਫ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਇਹ ਕਿਉਂ ਨੈਸੈਸਰੀ ਨੇ ਕਿਉਂ ਇਹਨਾਂ ਦੀ ਜ਼ਰੂਰਤ ਹੈ ਕਿਉਂਕਿ ਸਮਟਾਈਮ ਜਿਹੜੇ ਨਵੇਂ ਨਵੇਂ ਇੰਡੀਆ ਤੋਂ ਆਏ ਹੁੰਦੇ ਨੇ ਜੋ ਇੰਡੀਆ ਦੇ ਵਿੱਚ ਤਾਂ ਚੱਲ ਜਾਂਦਾ ਵੀ 19-21 ਚੱਲ ਜਾਂਦੀ ਵੀ ਕੋਈ ਗੱਲ ਨਹੀਂ ਇੰਸ਼ੋਰੈਂਸ ਕਰਵਾਈ ਲਾਇਸੈਂਸ ਬਣਾਇਆ ਨਹੀਂ ਬਣਾਇਆ ਕੋਈ ਗੱਲ ਨਹੀਂ ਬਟ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਜ਼ਰੂਰੀ ਨੇ ਬਹੁਤ ਜ਼ਿਆਦੀਆਂ ਨੈਸੈਸਰੀ ਨੇ ਕਿਉਂ ਜ਼ਰੂਰੀ ਨੇ ਇਹ ਆਪਾਂ ਪੁੱਛਦੇ ਹਾਂ ਕੁਲਦੀਪ ਚਾਲ ਜੀ ਤੋਂ ਹਾਂਜੀ ਅਮਨ ਜੀ ਤੁਸੀਂ ਦੋ ਚੀਜ਼ਾਂ ਕਹੀਆਂ ਲਾਈਫ ਇੰਸ਼ੋਰੈਂਸ ਅਤੇ ਆਟੋ ਇੰਸ਼ੋਰੈਂਸ ਕਿਉਂ ਜ਼ਰੂਰੀ ਹੈ ਹਾਂਜੀ ਲਾਈਫ ਇੰਸ਼ੋਰੈਂਸ ਤਾਂ ਇਹ ਅਮਨ ਵੀ ਜਦੋਂ ਬੰਦੇ ਤੋਂ ਕਿਉਂਕਿ ਲਾਈਫ ਇੰਸ਼ੋਰੈਂਸ ਕਈ ਕਿਸਮ ਦੀ ਹੁੰਦੀ ਹੈ ਲਾਈਫ ਇੰਸ਼ੋਰੈਂਸ ਹੋ ਗਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋ ਗਈ ਡਿਸੇਬਿਲਟੀ ਇੰਸ਼ੋਰੈਂਸ ਹੋ ਗਈ ਸੋ ਇਹ ਜਿਹੜੇ ਫਾਈਨੈਂਸ਼ੀਅਲ ਪ੍ਰੋਡਕਟ ਹੈ ਇਸ ਤਰ੍ਹਾਂ ਦੇ ਹੁੰਦੇ ਆ ਤਾਂ ਜਦੋਂ ਕੋਈ ਵੀ ਬੰਦੇ ਨੂੰ ਬੰਦਾ ਸਿੱਕ ਹੋ ਜੇ ਹਾਂਜੀ ਬੰਦਾ ਕੰਮ ਤੋਂ ਡਿਸੇਬਲ ਹੋ ਜੇ ਬੰਦੇ ਦੀ ਅਨਫਾਰਚੂਨੇਟਲੀ ਸੀਨ 'ਚ ਡੈਥ ਹੋ ਜੇ ਹਾਂਜੀ ਤਾਂ ਉਦੋਂ ਇੱਕੋ ਚੀਜ਼ ਜਿਹੜੀ ਮੋਰਲ ਸਪੋਰਟ ਹੈ ਤੁਸੀਂ ਦੇ ਸਕਦੇ ਹੋ ਬੰਦੇ ਨੂੰ ਮੋਰਲ ਸਪੋਰਟ ਤੋਂ ਬਿਨਾਂ ਇੱਥੋਂ ਦੀ ਜ਼ਿੰਦਗੀ ਰੋਜ਼ਮਰਾ ਜ਼ਿੰਦਗੀ ਜਿਉਣ ਲਈ ਸਾਨੂੰ ਪੈਸੇ ਦੀ ਲੋੜ ਹੈ ਬਿਲਕੁਲ ਚਾਹੇ ਮਾਰਗੇਜ ਦੇਣੀ ਹੈ ਚਾਹੇ ਕਾਰ ਇੰਸ਼ੋਰੈਂਸ ਦੇਣੀ ਹੈ ਚਾਹੇ ਪ੍ਰੋਪਰਟੀ ਟੈਕਸ ਦੇਣਾ ਹੈ ਚਾਹੇ ਹੋਰ ਬਿੱਲ ਦੇਣੇ ਹੈ ਚਾਹੇ ਗਰੋਸਰੀ ਦਾ ਬਿੱਲ ਦੇਣਾ ਹੈ ਚਾਹੇ ਦੁੱਧ ਲਿਆਉਣਾ ਜਾਂ ਜੋ ਵਟ ਐਵਰ ਇਹ ਕੁਛ ਚੀਜ਼ਾਂ ਇੰਡੀਆ 'ਚ ਤਾਂ ਤੁਹਾਨੂੰ ਪਤਾ ਹੈ ਕਰਦੀਆਂ ਹੁੰਦੀਆਂ ਮਕਾਨ ਘਰ ਦਾ ਹੁੰਦਾ ਸਬਜ਼ੀ ਖੇਡਦੀ ਹੁੰਦੀ ਹੈ ਦੁੱਧ ਆਪਦੇ ਘਰ ਦਾ ਹੁੰਦਾ ਪਰ ਇੱਥੋਂ ਦੇ ਜਿਹੜੇ ਬਿੱਲ ਦੇਣ ਲਈ ਉਦੋਂ ਫਿਰ ਪੈਸੇ ਦੀ ਲੋੜ ਹੈ ਅਤੇ ਪੈਸਾ ਉਸ ਵੇਲੇ ਫਿਰ ਕੋਈ ਨਹੀਂ ਖੜਦਾ ਅਤੇ ਫਿਰ ਉਹ ਪੈਸਾ ਸਿਰਫ ਤੁਹਾਨੂੰ ਜੇ ਇੰਸ਼ੋਰੈਂਸ ਲਈ ਹੈ ਉਸੇ ਤੋਂ ਹੀ ਪੈਸਾ ਆ ਸਕਦਾ ਹੋਰ ਕੋਈ ਜ਼ਰੀਆ ਇਨਕਮ ਦਾ ਨਹੀਂ ਰਹਿੰਦਾ ਵੀ ਕੋਈ ਨਾ ਕਿਵੇਂ ਪੈਸਾ ਆਵੇ ਤਾਂ ਇਸ ਕਰਕੇ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ When it's all about the roads and more than a truck, then I just trust Manjinder Bajwa. Aero Truck Sales, their gold level day heavy truck specialist, Manjinder Bajwa, trucking industry which ek bemisal naam hai. Chahe fleet owner ho, owner operator ho, ya owner operator banna hove, ta Manjinder Bajwa is the name to call for any make and model of trucks and trailers. Call him at 416-666-0033. That's 666-0033. Manjinder Bajwa. Mehfil TV dekh rahe sare darshakon nu sat sri akal. My name is Manjinder Bajwa from Aero Truck Sales. Aero Truck Sales North America the one of the best and sab to badi used truck dealership hai. Aero Truck Sale owned by Volvo Group of Company. We have 18 different location all over the North America. We have in-house finance. Call us. We have all different make and model. We have a Volvo, Freightliner, Western Star, Kenworth. You name it, we have it. Call us anytime. Thank you. ਜਿਹੜੀ ਗੱਲ ਤੁਸੀਂ ਕਹੀ ਹੈ ਆਟੋ ਇੰਸ਼ੋਰੈਂਸ ਦੀ ਆਟੋ ਇੰਸ਼ੋਰੈਂਸ ਇਹ ਮੰਡੇਟਰੀ ਹੈ ਆਟੋ ਇੰਸ਼ੋਰੈਂਸ ਹੋਈ ਹੋਮ ਇੰਸ਼ੋਰੈਂਸ ਹੋਈ ਇਹ ਕੈਨੇਡਾ ਦੀ ਗਵਰਨਮੈਂਟ ਕੰਨੀ ਉਹ ਮੰਡੇਟਰੀ ਹੈ ਤੁਸੀਂ ਗੱਡੀ ਸੜਕ 'ਤੇ ਨਹੀਂ ਲਿਜਾ ਸਕਦੇ ਤੁਸੀਂ ਘਰ ਦੀ ਕਲੋਜ਼ਿੰਗ ਨਹੀਂ ਕਰਾ ਸਕਦੇ ਤੁਸੀਂ ਕੋਈ ਲੋਨ ਨਹੀਂ ਕਰਾ ਸਕਦੇ ਜਿੰਨਾ ਚੱਕਰ ਇੰਸ਼ੋਰੈਂਸ ਨਹੀਂ ਸੋ ਗਵਰਨਮੈਂਟ ਕੰਨੀ ਉਹ ਮੰਡੇਟਰੀ ਇੰਸ਼ੋਰੈਂਸ ਹੈ ਆਟੋ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ ਮੰਡੇਟਰੀ ਇੰਸ਼ੋਰੈਂਸ ਗਵਰਨਮੈਂਟ ਕੰਨੀ ਉਹ ਨੇ ਬਿਲਕੁਲ ਜੇ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ ਤੇ ਮਤਲਬ ਕਿਹੜੀ ਏਜ ਤੋਂ ਲਾਈਫ ਇੰਸ਼ੋਰੈਂਸ ਸਟਾਰਟ ਹੋ ਜਾਂਦੀ ਹੈ ਐਂਡ ਉਹ ਏਜ ਟੂ ਏਜ ਕਿੰਨਾ ਕੁ ਵਰੀ ਕਰਦੀ ਆ ਜਿਹੜੀ ਲਾਈਫ ਇੰਸ਼ੋਰੈਂਸ ਹੈ ਇਹ ਏਜ ਦੇ ਜਿਹੜੀ ਹੈ ਏਜ ਦੇ ਹਿਸਾਬ ਨਾਲ ਹੀ ਹੁੰਦੀ ਹੈ ਇਹ ਜਿੰਨੀ ਯੰਗ ਏਜ ਆ ਉਨੀ ਘੱਟ ਹੋਊਗੀ ਜਿੰਨਾ 올ਡ ਏਜ ਹੈ ਉਨੀ ਜ਼ਿਆਦਾ ਹੋਊਗੀ ਸੋ ਲਾਈਫ ਇੰਸ਼ੋਰੈਂਸ ਜਿੰਨੀ ਅਰਲੀ ਤੁਸੀਂ ਲੈ ਲਓ ਏਜ ਦੇ ਵਿੱਚ ਲੈ ਲਓ ਇਹਦੇ 'ਚ ਬੜੀ ਕਿਸਮ ਦੀਆਂ ਪਾਲਿਸੀਆਂ ਹੁੰਦੀਆਂ ਤਾਂ ਉਹ ਤੁਹਾਨੂੰ ਬਹਿ ਕੇ ਫਾਈਨੈਂਸ਼ੀਅਲ ਐਡਵਾਈਜ਼ਰ ਹੀ ਦੱਸ ਸਕਦਾ ਇਹਦੇ 'ਚ ਵਿੱਚ ਤੁਸੀਂ ਜੇ ਅਰਲੀ ਏਜ 'ਚ ਲੈ ਲਓਗੇ ਤਾਂ ਉਹ ਬੈਟਰ ਪ੍ਰਾਈਸ ਮਿਲੂਗਾ ਜੇ 올ਡ ਏਜ ਚਲਾਓਗੇ ਤਾਂ ਪ੍ਰਾਈਸ ਜਿਹੜਾ ਉਹ ਕਾਫੀ ਜ਼ਿਆਦਾ ਹੋਊਗਾ ਬਿਲਕੁਲ ਜਿਵੇਂ ਕਿ ਤੁਸੀਂ ਵੀ ਲਾਈਫ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਨਾਲ ਤੁਸੀਂ ਡੀਲ ਕਰਦੇ ਹੋ ਤਾਂ ਸਮਟਾਈਮ ਤੁਹਾਡੇ ਕੋਲ ਵੀ ਬਹੁਤ ਸਾਰੇ ਇਦਾਂ ਦੇ ਕੇਸਿਸ ਆਉਂਦੇ ਹੋਣਗੇ ਵੀ ਕੋਈ ਨਾ ਕੋਈ ਹੈਪਨ ਇਦਾਂ ਦਾ ਹੁੰਦਾ ਆ ਤੇ ਕਈ ਵਾਰੀ ਲੋਕੀ ਵਿੱਚੋਂ ਕੋਈ ਨਾ ਕੋਈ ਆਪਣੀ ਜਿਹੜੀ ਇੰਸਟਾਲਮੈਂਟ ਉਹ ਮਿਸ ਕਰ ਜਾਂਦੇ ਨੇ ਤੇ ਉਹਨਾਂ ਉਸ ਟਾਈਮ 'ਤੇ ਉਹਨਾਂ ਨੂੰ ਕੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਆ ਜੇ ਨਾਨ ਪੇਮੈਂਟ ਹੋ ਜਾਂਦੀ ਹੈ ਪਾਲਿਸੀ ਚਾਹੇ ਆਟੋ ਪਾਲਿਸੀ ਹੋਵੇ ਚਾਹੇ ਲਾਈਫ ਪਾਲਿਸੀ ਹੋਵੇ ਉਹ ਫਿਰ ਇੱਕ ਵਾਰੀ ਉਹ ਚਾਂਸ ਦਿੰਦੇ ਆ ਉਹ ਫਿਰ ਦੁਬਾਰਾ ਅਕਾਊਂਟ 'ਚੋਂ ਪੈਸੇ ਕਢਾਉਂਦੇ ਆ ਜੇ ਨਹੀਂ ਕਈ ਵਾਰੀ ਲੋਕ ਅਕਾਊਂਟ ਸੀਜ਼ ਕਰਾ ਦਿੰਦੇ ਆ ਕੋਈ ਸੀਜ਼ ਹੋ ਜਾਂਦਾ ਬੈਂਕ 'ਚ ਜਾਂ ਕੋਈ ਅਕਾਊਂਟ ਚੇਂਜ ਕਰਨਾ ਹੁੰਦਾ ਭੁੱਲ ਜਾਂਦਾ ਉਹ ਦੱਸਣਾ ਫਿਰ ਉਹ ਐਡਵਾਈਜ਼ਰ ਕਾਲ ਕਰ ਲੈਂਦਾ ਅਤੇ ਉਹ ਨਵੀਂ ਜਿਹੜੀ ਬੈਂਕਿੰਗ ਇਨਫੋਰਮੇਸ਼ਨ ਦੇ ਦਿੰਦਾ ਤਾਂ ਉਹ ਬੈਂਕਿੰਗ ਨਵੀਂ ਇਨਫੋਰਮੇਸ਼ਨ ਦੇ ਕੇ ਤੁਸੀਂ ਆਪਣਾ ਅਕਾਊਂਟ ਚੇਂਜ ਕਰ ਸਕਦੇ ਹੋ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ
ਤੁਸੀਂ ਠੀਕ ਕਰ ਸਕਦੇ ਹੋ, ਇਹ ਕੋਈ ਬਹੁਤੀ ਵੱਡੀ ਪ੍ਰੋਬਲਮ ਨਹੀਂ ਹੈ। ਓਕੇ, ਜਿਹੜੀ ਲਾਈਫ ਇੰਸ਼ੋਰੈਂਸ ਦੇ ਵਿੱਚ ਜਿਵੇਂ ਦੱਸਿਆ ਕਿ ਕ੍ਰਿਟੀਕਲ ਇੰਸ਼ੋਰੈਂਸ ਤੇ ਡਿਸੇਬਿਲਟੀ ਲਾਈਫ ਇੰਸ਼ੋਰੈਂਸ, ਇਹਨਾਂ ਦੋਨਾਂ ਦੇ ਵਿੱਚ ਜਿਹੜਾ ਕੀ ਬੇਸਿਕ ਡਿਫਰੈਂਸ ਆ ਤੇ ਇਹਦਾ ਥੋੜੀ ਤੁਸੀਂ ਦੱਸੋ। ਜਿਹੜੀ ਲਾਈਫ ਇੰਸ਼ੋਰੈਂਸ ਹੈ ਇਹ ਤਾਂ ਨੈਚੁਰਲੀ ਲਾਈਫ ਇੰਸ਼ੋਰੈਂਸ ਹੈ। ਹਾਂਜੀ, ਜਦੋਂ ਕਦੋਂ ਮੈਂ ਪਾਸਡ ਵੀ ਹੋਇਆ ਜਦੋਂ ਚਲਾ ਗਿਆ ਤਾਂ ਲਾਈਫ ਇੰਸ਼ੋਰੈਂਸ ਜਿਹੜੀ ਹੈ ਉਹ ਮੇਰੀ ਡੈਥ ਬੈਨੀਫਿਟ ਜਿਹੜੀ ਆ ਮੇਰੇ ਜਿਹੜੇ ਬੈਨੀਫਿਸ਼ਰੀ ਉਹਨੂੰ ਮਿਲੂਗਾ, ਜਾਂ ਇਹਦੇ 'ਚ ਪੇਡ ਆਫ ਪੋਲਿਸੀਆਂ ਵੀ ਹੁੰਦੀਆਂ, ਤੁਸੀਂ ਅਰਲੀ ਪੇ ਕਰ ਸਕਦੇ ਹੋ, ਉਹ ਪੈਸੇ ਤੁਸੀਂ ਆਪਣੇ ਲੈ ਵੀ ਸਕਦੇ ਹੋ, ਕਢਵਾ ਵੀ ਸਕਦੇ ਹੋ ਜਾਂਦੇ ਜੀ। ਜਿਹੜੀ ਕ੍ਰਿਟੀਕਲ ਇਲਨੈਸ ਹੈ ਅਤੇ ਡਿਸੇਬਿਲਟੀ, ਇਹਨੂੰ ਅਸੀਂ ਲਿਵਿੰਗ ਬੈਨੀਫਿਟ ਕਹਿੰਦੇ ਹਾਂ। ਲਿਵਿੰਗ ਬੈਨੀਫਿਟ ਇਸ ਕਰਕੇ ਕਹਿੰਦੇ ਹਾਂ ਵੀ ਲਿਵਿੰਗ ਜਾਂਦੇ ਜੀ, ਜੇ ਸਪੋਜ਼ ਕਰੋ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਭਿਆਨਕ ਬਿਮਾਰੀ ਲੱਗ ਗਈ ਤਾਂ ਮੈਨੂੰ ਕੋਈ ਕੈਂਸਰ ਦੀ ਬਿਮਾਰੀ ਲੱਗ ਗਈ ਜਾਂ ਮੈਨੂੰ ਕੋਈ ਹਾਰਟ ਅਟੈਕ ਹੋ ਗਿਆ, ਸਟ੍ਰੋਕ ਹੋ ਗਿਆ, ਤਾਂ ਮੈਨੂੰ ਜਾਂਦੇ ਜੀ ਉਹਦੇ ਜਿੰਨੇ ਦਾ ਮੈਂ ਫੇਸ ਅਮਾਊਂਟ, ਜਿੰਨੀ ਮੈਂ ਪੋਲਿਸੀ ਅਮਾਊਂਟ ਦੀ ਕਰਾਈ ਹੋਊਗੀ ਉਹ ਪੈਸੇ ਮੈਨੂੰ ਮਿਲ ਜਾਣਗੇ ਤਾਂ ਜੋ ਮੇਰੀ ਆਪਦੀ ਜਿਹੜੀ ਜ਼ਿੰਦਗੀ ਆ ਉਹ ਚੱਲਦੀ ਰਹੇ। Proud to be serving since 1992. Stevens Furniture. Medium to high-end bedroom, sofa sets, mattresses, rugs, and accessories. Wajib Kimta Quality Furniture, 48-month no interest. Stevens Furniture. Finding perfection with quality and elegance. Brand names Ico, Ashley, Home Elegance, and much more. Stevens Furniture. Yes, Stevens Furniture. ਜੇ ਡਿਸੇਬਿਲਟੀ ਇੰਸ਼ੋਰੈਂਸ ਹੈ ਇਹਨੂੰ ਰਿਪਲੇਸਮੈਂਟ ਆਫ ਇਨਕਮ ਕਹਿੰਦੇ ਹਨ। ਰਿਪਲੇਸਮੈਂਟ ਇਨਕਮ ਹੁੰਦੀ ਹੈ, ਸਪੋਜ਼ ਕਰੋ ਮੈਂ ਕੰਮ ਕਰਦਾ, ਮੈਂ ਇੰਸ਼ੋਰੈਂਸ ਬ੍ਰੋਕਰ ਹਾਂ, ਮੇਰੇ ਕੋਲ ਸੱਟ ਲੱਗ ਜਾਂਦੀ ਹੈ, ਮੈਂ ਹੁਣ ਉਹ ਕੰਮ ਤਾਂ ਕਰ ਨਹੀਂ ਸਕਦਾ ਕਿਉਂਕਿ ਘਰੋਂ ਮੈਂ ਆ ਨਹੀਂ ਸਕਦਾ ਜਾਂ ਕੋਈ ਕੰਮ ਨਹੀਂ ਕਰ ਸਕਦਾ, ਤਾਂ ਜਿੰਨੀ ਮੇਰੀ ਇਨਕਮ ਦੇ ਬੇਸ 'ਤੇ ਫਿਰ ਉਹ ਮੇਰੀ ਜਿਹੜੀ ਹੈ ਡਿਸੇਬਲ ਹੋ ਗਿਆ ਜਦੋਂ ਮੈਂ, ਤਾਂ ਇਨਕਮ ਉਹਦੀ ਉਸ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਉਹ ਡਿਸੇਬਿਲਟੀ ਤੁਹਾਨੂੰ ਰਿਪਲੇਸਮੈਂਟ ਇਨਕਮ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਂਦੀ ਹੈ, ਉਹਨੂੰ ਡਿਸੇਬਿਲਟੀ ਇੰਸ਼ੋਰੈਂਸ ਕਹਿੰਦੇ। ਓਕੇ, ਕਈ ਵਾਰੀ ਕੀ ਹੁੰਦਾ ਕਿ ਲੋਕ ਇਹ ਸੋਚਦੇ ਵੀ ਐਵਰੀ ਮੰਥ ਲਾਈਕ ਇੰਸ਼ੋਰੈਂਸ ਪੇ ਕਰਨ ਨਾਲੋਂ ਵੀ ਬੈਟਰ ਆ ਵੀ ਇੰਸ਼ੋਰੈਂਸ ਆਪਾਂ ਨਾ ਹੀ ਕਰਵਾਈਏ, ਠੀਕ ਹੈ? ਕਈ ਵਾਰੀ ਕਿਉਂਕਿ ਕਈ ਆਪਣੇ ਪੰਜਾਬੀ ਨੋਰਮਲੀ ਚੀਜ਼ਾਂ ਸੋਚਦੇ ਨੇ, ਅਤੇ ਜਦੋਂ ਇਨ ਕੇਸ ਇੱਦਾਂ ਦੇ ਲੋਕ ਸੋਚ ਆਪਣੀ ਰੱਖਦੇ ਨੇ ਤਾਂ ਉਹਨਾਂ ਨੂੰ ਕਿਹੜੀ ਕਿਹੜੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ, ਅਤੇ ਇਨ ਕੇਸ ਜਿਹੜੀ ਇਹ ਬਾਏ ਲਾਅ ਜਿੱਦਾਂ ਮੈਂਡੇਟਰੀ ਹੈ ਇਹ ਚੀਜ਼, ਤਾਂ ਜੇ ਉਹ ਨਹੀਂ ਇੰਸ਼ੋਰੈਂਸ ਕਰਾਉਂਦੇ ਤਾਂ ਉਹਨਾਂ ਨੂੰ ਕਾਨੂੰਨੀ ਤੌਰ 'ਤੇ ਵੀ ਕੋਈ ਸਜ਼ਾ ਹੋ ਸਕਦੀ ਹੈ? ਆਪਾਂ ਰਲਗਟ ਕਰ ਰਹੇ ਹਾਂ ਸਬਜੈਕਟ ਨੂੰ ਜੀ। ਜਿਹੜੀ ਮੈਂਡੇਟਰੀ ਹੈ ਮੈਂ ਅੱਗੇ ਦੱਸ ਚੁੱਕਾ, ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਦੀ ਜ਼ਿਆਦਾ ਮੈਂਡੇਟਰੀ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਮੈਂਡੇਟਰੀ ਆ, ਹੋਮ ਇੰਸ਼ੋਰੈਂਸ ਵੀ ਜੇ ਤੁਹਾਡੇ ਕੋਲ ਲੋਨ ਨਹੀਂ ਤਾਂ ਕੋਈ ਮੈਂਡੇਟਰੀ ਤੁਸੀਂ ਲਓ ਨਾ ਲਓ, ਠੀਕ ਹੈ? ਪਰ ਆਟੋ ਇੰਸ਼ੋਰੈਂਸ ਮੈਂਡੇਟਰੀ ਹੈ। ਲਾਈਫ ਇੰਸ਼ੋਰੈਂਸ ਦਾ ਤੁਹਾਡਾ ਰਿਪੀਟ ਕਰੇ ਕੁਐਸਚਨ ਅਗੇਨ ਮੈਨੂੰ। ਹਾਂਜੀ ਬਿਲਕੁਲ, ਮੈਂ ਇਹ ਗੱਲ ਕਰ ਰਹੀ ਸੀ ਵੀ ਜਿਵੇਂ ਲਾਈਫ ਇੰਸ਼ੋਰੈਂਸ ਆ ਜਾਂ ਆਟੋ ਇੰਸ਼ੋਰੈਂਸ ਆ, ਮੈਂ ਦੋਨਾਂ ਪੁੱਛਣਾ ਚਾਹੁੰਦੀ ਕਿ ਕੀ ਦੋਨੋਂ ਬਾਏ ਲਾਅ ਮੈਂਡੇਟਰੀ ਨੇ? ਨਹੀਂ, ਲਾਈਫ ਇੰਸ਼ੋਰੈਂਸ ਮੈਂਡੇਟਰੀ ਨਹੀਂ ਹੈ। ਓਕੇ, ਹਾਂਜੀ ਹਾਂਜੀ, ਆਟੋ ਇੰਸ਼ੋਰੈਂਸ ਜਿਹੜੀ ਹੈ ਬਾਈ ਲਾਅ ਮੈਂਡੇਟਰੀ ਹੈ। ਇਨ ਕੇਸ ਤੁਸੀਂ ਆਟੋ ਇੰਸ਼ੋਰੈਂਸ ਨਹੀਂ ਕਰਵਾਉਂਦੇ ਤੇ ਬਾਏ ਲਾਅ ਸਾਨੂੰ ਕੀ ਸਜ਼ਾ ਹੋ ਸਕਦੀ ਹੈ, ਸਾਨੂੰ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਫੇਸ ਕਰਨੀਆਂ ਪੈ ਸਕਦੀਆਂ? ਡਰਾਈਵਿੰਗ ਵਹੀਕਲ ਵਿਦਆਊਟ ਇੰਸ਼ੋਰੈਂਸ ਤੁਹਾਨੂੰ ਜਿਹੜੀ ਸੀਰੀਅਸ ਕਨਵੈਕਸ਼ਨ ਹੈ 5,000 ਦਾ ਫਾਈਨ ਹੈ, ਉਹ ਤੁਹਾਨੂੰ ਉਹਨਾਂ ਨੇ ਤੁਹਾਡੀ ਗੱਡੀ ਜਿਹੜੀ ਆਟੋ ਕਰਵਾ ਲੈਣਗੇ ਜਿੱਥੇ ਉਹਨਾਂ ਨੇ ਤੁਹਾਨੂੰ ਪਲੇਟ ਸਕੈਨ ਕਰ ਲਈ ਵੀ ਇਹਦੀ ਇੰਸ਼ੋਰੈਂਸ ਨਹੀਂ, ਅਤੇ ਤੁਹਾਨੂੰ 5,000 ਦੀ ਟਿਕਟ ਮਿਲੂਗੀ, ਅਤੇ ਜੇ ਉਹ ਟਿਕਟ ਮਿਲ ਗਈ ਅਤੇ ਤੁਹਾਨੂੰ ਉਹਦੀ ਕਨਵੈਕਸ਼ਨ ਹੋਊਗੀ, ਤਾਂ ਜਿਹੜੀ ਕਾਰ ਦੀ ਇੰਸ਼ੋਰੈਂਸ ਹੈ ਜਿੰਨੀ ਜੇ ਮੈਂ ਤੁਹਾਡੀ $200 ਕਰ ਸਕਦਾ ਉਹ ਐਟਲੀਸਟ ਡਬਲ ਦੈਨ ਪ੍ਰਾਈਸ ਹੋਊਗੀ। ਬਹੁਤ ਜ਼ਿਆਦਾ ਕਾਰ ਇੰਸ਼ੋਰੈਂਸ ਮਹਿੰਗੀ ਹੋਊਗੀ, ਨੰਬਰ 2 ਜਿਹੜੀ ਉਹ ਟਿਕਟ 300 ਰਹੂਗੀ, ਨੰਬਰ 3 ਜਿਹੜੀ ਆ ਉਹ 5,000 ਦਾ ਫਾਈਨ ਵੀ ਹੋਊਗਾ। ਇਸ ਤੋਂ ਇਲਾਵਾ ਜੇ ਉਹ ਗੱਡੀ ਐਕਸੀਡੈਂਟ 'ਚ ਇਨਵੋਲਵ ਹੋ ਗਈ ਤਾਂ ਉਹ ਸਾਰਾ ਜਿਹੜੀ ਲਾਇਬਿਲਟੀ ਦਾ ਕਲੇਮ ਹੈ ਉਹ ਤੁਹਾਡੇ ਸਿਰ 'ਤੇ ਆ ਜਾਣਾ, ਹੈ ਨਾ? ਇਸ ਮੈਂਡੇਟਰੀ ਹੈ, ਇਸ ਕਰਕੇ ਤੁਸੀਂ ਜਿਹੜੀ ਹੈ ਆਟੋ ਇੰਸ਼ੋਰੈਂਸ ਮੈਂਡੇਟਰੀ। ਬਿਲਕੁਲ, ਮੇਰੇ ਕੁਐਸਚਨ ਪੁੱਛਣ ਦਾ ਮਤਲਬ ਬੇਸਿਕਲੀ ਇਹ ਸੀ ਕਿਉਂਕਿ ਨੋਰਮਲੀ ਜਿਹੜੇ ਲੋਕ ਨਵੇਂ ਨਵੇਂ ਇੰਡੀਆ ਤੋਂ ਮੂਵ ਹੁੰਦੇ ਨੇ ਜਾਂ ਆਪਣੇ ਮੋਸਟਲੀ ਜਿਹੜੇ ਪੰਜਾਬੀ ਨੇ ਉਹ ਸੋਚਦੇ ਵੀ ਇੰਡੀਆ ਦੇ ਵਿੱਚ ਕੋਈ ਨਹੀਂ, ਸਾਡੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ ਤਾਂ ਵੀ ਕੋਈ ਐਡੀ ਗੱਲ ਨਹੀਂ ਹੈ, ਜੇ ਸਾਡੇ ਕੋਲ ਇੰਸ਼ੋਰੈਂਸ ਹੋਵੇ ਤਾਂ ਵੀ ਕੋਈ ਐਡੀ ਗੱਲ ਨਹੀਂ ਹੈ, ਪਰ ਇੱਥੋਂ ਦੇ ਜਿਹੜੇ ਲਾਅ ਨੇ, ਜਿਹੜੇ ਕਾਨੂੰਨ ਨੇ, ਟੋਟਲੀ ਇੰਡੀਆ ਨਾਲੋਂ ਡਿਫਰੈਂਟ ਨੇ, ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਸਾਹਮਣਾ ਹੈ, ਪ੍ਰੋਬਲਮਸ ਦਾ ਕਰਨਾ ਪੈ ਸਕਦਾ। ਇਸੇ ਕਰਕੇ ਜਿਹੜੀ ਲਾਈਫ ਇੰਸ਼ੋਰੈਂਸ ਅਤੇ ਨਾਲ ਨਾਲ ਜਿਹੜੀ ਆਟੋ ਇੰਸ਼ੋਰੈਂਸ ਹੈਵ ਟੂ ਬੀ ਅਤੇ ਮੈਂਡੇਟਰੀ ਹੈ, ਬਹੁਤ ਜ਼ਰੂਰੀ ਆ। ਅਤੇ ਨਾਲੇ ਮੋਡਰਨ ਇੰਸ਼ੋਰੈਂਸ ਤੁਹਾਨੂੰ ਪੁੱਛਣਾ ਚਾਹੁੰਦੀ, ਸਮ ਟਾਈਮ ਲੋਕਾਂ ਨੂੰ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਵੀ ਅਕੋਰਡਿੰਗ ਟੂ ਕਾਰ ਜਿੱਦਾਂ ਉਹਨਾਂ ਦੇ ਰੇਟਸ ਹੁੰਦੇ ਨੇ ਇੰਸ਼ੋਰੈਂਸ ਦੇ, ਹਾਂਜੀ, ਉਹਦੇ ਵਿੱਚ ਕੁਛ ਇੱਦਾਂ ਦਾ ਹੁੰਦਾ ਵੀ ਲਾਇਸ ਕਿਹੜੇ ਲਾਇਸੈਂਸ ਦੇ ਅਕੋਰਡਿੰਗਲੀ, ਜਿਹਨਾਂ ਕੋਲ ਕਿਹੜਾ ਜੀ ਲਾਇਸੈਂਸ ਹੋਵੇ ਜਾਂ G1 ਜਾਂ G2 ਜਾਂ ਜਿਹੜਾ ਵੀ ਉਹਨਾਂ ਕੋਲ ਲਾਇਸੈਂਸ ਹੋਵੇ ਉਹਦੇ ਅਕੋਰਡਿੰਗਲੀ ਜਿਹੜੇ ਉਹਨਾਂ ਦੇ ਰੇਟ ਫਿਕਸਅਪ ਹੁੰਦੇ ਨੇ। ਹਾਂਜੀ, ਜਿਹੜਾ ਪ੍ਰਿੰਸੀਪਲ ਆਪਾਂ ਉਹਨਾਂ ਦੇ ਵਿੱਚ ਕਿਹਨੂੰ ਬੇਸਿਕਲੀ ਰੱਖੇ ਜਾਂ ਕਿੱਦਾਂ ਹੁੰਦਾ, ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦੱਸੋ। ਇਹਦੇ 'ਚ ਇਹ ਹੈ ਜਿਹੜੀ ਆਟੋ ਇੰਸ਼ੋਰੈਂਸ ਹੈ ਉਹਦੇ ਵਿੱਚ ਜਿਹੜਾ ਤੁਸੀਂ ਰੇਟ ਦੀ ਗੱਲ ਕੀਤੀ ਹੈ, ਆਟੋ ਇੰਸ਼ੋਰੈਂਸ ਦੇ ਵਿੱਚ ਇਹ ਹੈ ਵੀ ਆਟੋ ਇੰਸ਼ੋਰੈਂਸ ਕਈ ਫੈਕਟਰ ਆ ਉਹਦੇ 'ਚ ਕਾਊਂਟ ਕਰਦੇ। ਨੰਬਰ 1, ਤੁਹਾਡੇ ਕੋਲ ਗੱਡੀ ਕਿਹੜੀ ਹੈ, ਉਹਦਾ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਕੀ ਹੈ, ਕਿਹੜਾ ਮਾਡਲ ਹੈ, ਕਿਹੜਾ ਈਅਰ, ਨੰਬਰ 1। ਨੰਬਰ 2, ਡਰਾਈਵਰ ਲਾਇਸੈਂਸ, ਡਰਾਈਵਰ ਲਾਇਸੈਂਸ ਕਿੰਨੀ ਡਰਾਈਵਿੰਗ ਹਿਸਟਰੀ ਹੈ, ਉਹਦਾ ਲਾਇਸੈਂਸ G1 ਕਦੋਂ ਤਾਂ ਲਿਆ, G2 ਕਦੋਂ ਤਾਂ ਲਿਆ, G ਕਦੋਂ ਤਾਂ ਲਿਆ, ਕਿੰਨੇ ਸਾਲ ਤੋਂ ਉਹਦੇ ਕੋਲ ਲਾਇਸੈਂਸ ਹੈ। ਨੰਬਰ 3, ਵੀ ਉਹ ਡਰਾਈਵਰ ਦੇ ਕਿੰਨੇ ਉਹਦੇ ਕੋਲ ਐਕਸੀਡੈਂਟ ਹੈ, ਕਿੰਨੀਆਂ
ਫਿਰ ਜਿਸ ਪੋਸਟਲ ਕੋਡ ਤੇ ਰਹਿੰਦਾ ਹੈ, ਸਪੋਜ਼ ਕਰੋ ਇੱਕ ਆਦਮੀ ਬ੍ਰੈਂਪਟਨ ਰਹਿੰਦਾ, ਇੱਕ ਐਲਡਨ ਰਹਿੰਦਾ, ਇੱਕ ਕੋਕਵਿਲ ਰਹਿੰਦਾ, ਪ੍ਰਾਈਸਿਸ ਆ ਡਿਫਰੈਂਟ. ਜੋ ਪ੍ਰਾਈਸਿਸ ਹੈ ਉਹ ਲਾਸ ਹਿਸਟਰੀ ਦੇ ਬੇਸਿਸ, ਡਰਾਈਵਿੰਗ ਰੈਕਡ ਦੇ ਬੇਸਿਸ, ਪੋਸਟਲ ਕੋਡ ਦੇ ਬੇਸਿਸ ਜਿੱਥੇ ਉਹ ਰਹਿੰਦਾ, ਨੰਬਰ ਪਲੱਸ ਜਿਹੜੀ ਗੱਡੀ ਹੈ ਉਹਦੀ ਇਨਫੋਰਮੇਸ਼ਨ ਦੇ ਬੇਸਿਸ ਵੀ ਗੱਡੀ ਕਿਹੜੀ ਹੈ. ਫਿਰ ਉਹ ਜਿਹੜੀ ਹੈ ਆਪਣੀ ਗੱਡੀ ਦੇ ਬਜਾਏ ਵੀ ਜੇ ਕੋਈ ਹੋਰ ਉਹਨੇ ਕੋਈ ਟਿਕਟਾਂ ਲਈਆਂ ਉਹਨਾਂ ਦੇ ਬੇਸ 'ਤੇ ਜਿਹੜੇ ਇਹ ਇੰਸ਼ੋਰੈਂਸ ਦੇ ਰੇਟ ਪ੍ਰਾਈਸ ਡਿਸਾਈਡ ਹੁੰਦੇ ਆ. ਦੀਵਾਲੀ ਦੇ ਇਸ ਮੌਕੇ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਖੁਸ਼ੀਆਂ ਦੀ ਸੌਗਾਤ ਤੇ ਆਪਣੇ ਦੋਸਤਾਂ ਮਿੱਤਰਾਂ ਦੀ ਜ਼ਿੰਦਗੀ ਵਿੱਚ ਭਰੋ ਮਿਠਾਸ. ਗਿਲਜ਼ ਸਵੀਟ ਫੈਕਟਰੀ ਤੇ ਤੁਹਾਨੂੰ ਮਿਲਣਗੀਆਂ ਵਧੀਆ ਕੁਆਲਿਟੀ ਦੀਆਂ ਮਿਠਾਈਆਂ ਤੇ ਡਰਾਈ ਫਰੂਟਸ, ਤੇ ਉਹ ਵੀ ਹੋਲਸੇਲ ਰੇਟਾਂ ਤੇ. ਜੀ ਹਾਂ, ਬਿਲਕੁਲ ਸਹੀ ਸੁਣਿਆ ਤੁਸੀਂ ਸਾਰਿਆਂ ਨੇ, ਸਭ ਕੁਝ ਹੋਲਸੇਲ ਰੇਟਾਂ ਤੇ. ਐਡਵਾਂਸ ਆਰਡਰ ਬੁੱਕ ਕਰਨ ਲਈ 905-799-2616 ਤੇ ਕਾਲ ਕਰੋ, ਜਾਂ ਫਿਰ 2131 ਵਿਲੀਅਮਸ ਪਾਰਕਵੇ ਦੇ ਯੂਨਿਟ ਨੰਬਰ 3 ਬ੍ਰੈਂਪਟਨ ਤੇ ਪਹੁੰਚੋ. ਇਸ ਵਾਰ ਦੀਵਾਲੀ ਵੀ ਮਨਾਓ ਤੇ ਪੈਸੇ ਵੀ ਬਚਾਓ. ਠੀਕ ਹੈ ਜੀ, ਬਹੁਤ ਵਧੀਆ. ਤੇ ਉਹ ਤੋਂ ਬਾਅਦ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੀ ਕਾਰ ਇੰਸ਼ੋਰੈਂਸ ਆ ਉਹਦੇ ਨਾਲ ਸਾਨੂੰ ਕੋਈ ਜਿਹੜੀ ਸਪਲੀਮੈਂਟ, ਕੋਈ ਹੈਲਥ ਇੰਸ਼ੋਰੈਂਸ ਨਾਲ ਕੁਝ ਰਿਲੇਟਡ ਹੈਗਾ ਹੈ? ਇਟਸ ਨਥਿੰਗ ਰਿਲੇਟਡ. ਕਾਰ ਇੰਸ਼ੋਰੈਂਸ ਦੇ ਨਾਲ ਕੋਈ ਰਿਲੇਟਡ ਨਹੀਂ ਹੈ. ਕਾਰ ਇੰਸ਼ੋਰੈਂਸ ਦੇ ਵਿੱਚ ਤਾਂ ਇਹ ਹੈ ਵੀ ਤੁਹਾਨੂੰ ਕਾਰ ਇੰਸ਼ੋਰੈਂਸ ਜਿਹੜੇ ਆ ਇੰਸ਼ੋਰੈਂਸ ਬ੍ਰੋਕਰ ਨਾਲ ਗੱਲਬਾਤ ਕਰਨੀ ਚਾਹੀਦੀ ਦਰਸ਼ਕਾਂ ਨੂੰ. ਕਾਰ ਇੰਸ਼ੋਰੈਂਸ ਦੇ ਡਿਸਕਾਊਂਟ ਜਿਹੜੇ ਆ 65% ਤੱਕ ਡਿਸਕਾਊਂਟ ਮਿਲ ਸਕਦੇ ਆ. ਓਕੇ, ਠੀਕ ਹੈ. ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਕਿਹੜੇ ਡਿਸਕਾਊਂਟ ਆ. ਸਪੋਜ਼ ਕਰ ਲਓ ਲੋਕਾਂ ਨੂੰ ਇਹ ਪਤਾ ਹੁੰਦਾ ਵੀ ਚਲੋ ਜੇ ਮਲਟੀ ਵਹੀਕਲ ਖਰਚ ਇੱਕ ਤੋਂ ਦੋ ਕਾਰਾਂ ਤਾਂ ਵੀ ਡਿਸਕਾਊਂਟ ਹੈ. ਜੇ ਹੋਮ ਨਾਲ ਹੈ ਉਹਨੂੰ ਕੰਬਾਈਂਡ ਪਾਲਿਸੀ ਡਿਸਕਾਊਂਟ ਕਹਿੰਦੇ ਜਾਂ ਮਲਟੀ ਲਾਈਨ ਡਿਸਕਾਊਂਟ ਕਹਿੰਦੇ ਉਹ ਡਿਸਕਾਊਂਟ ਨਾਲ ਹੈ. ਉਸ ਤੋਂ ਇਲਾਵਾ ਜੇ ਉਹਦੇ ਵਿੰਟਰ ਟਾਇਰ ਹੈ ਵਿੰਟਰ ਟਾਇਰ ਦਾ ਡਿਸਕਾਊਂਟ ਹੈ. ਜੇ ਉਸ ਗੱਡੀ ਜਿਹੜੀ ਹੈ ਗਰਾਜ 'ਚ ਪਾਰਕ ਹੁੰਦੀ ਹੈ ਅੰਦਰ ਜਾਂ ਪ੍ਰਾਈਵੇਟ ਆਪਦਾ ਡਰਾਈਵੇ ਹੈ ਉਹਦਾ ਡਿਸਕਾਊਂਟ ਹੁੰਦਾ. ਫਿਰ ਇਸ ਤੋਂ ਇਲਾਵਾ ਜਿਹੜੇ ਆਪਣੇ ਜਿੰਨੇ ਆਪਣੇ ਗੁੱਡ ਡਰਾਈਵਿੰਗ ਜਿਹਦੀ ਹੈਗੀ ਹੈ, ਹਾਂਜੀ ਜਿਹੜਾ ਵਧੀਆ ਡਰਾਈਵਰ ਹੈ ਉਹਨੂੰ ਮਾਈ ਡਰਾਈਵਿੰਗ ਡਿਸਕਾਊਂਟ ਕਹਿੰਦੇ ਆ, ਉਹ ਡਿਸਕਾਊਂਟ ਮਿਲਦਾ ਹੈ. ਸੋ ਜਿਹੜੇ ਡਿਸਕਾਊਂਟ ਹੈ ਡਿਫਰੈਂਟ ਹੈ. ਗੁੱਡ ਡਰਾਈਵਿੰਗ, ਗੁੱਡ ਸਟੂਡੈਂਟ ਡਿਸਕਾਊਂਟ ਜਿਹਦੇ ਮਾਰਕਸ ਬੱਚੇ ਦੇ 80% ਤੋਂ ਉੱਪਰ ਹੈ ਉਹਨੂੰ ਡਿਸਕਾਊਂਟ ਮਿਲਦਾ. ਬੱਚਾ ਜਿਹੜਾ ਸਟੂਡੈਂਟ ਅਵੇ ਫਰੋਮ ਹੋਮ ਉਹਦਾ ਡਿਸਕਾਊਂਟ ਮਿਲਦਾ. ਸੋ ਡਿਸਕਾਊਂਟ ਬਹੁਤ ਹੈ. ਤੋ ਇਸ ਕਰਕੇ ਡਿਸਕਾਊਂਟ ਲੈਣ ਲਈ ਫਿਰ ਤੁਸੀਂ ਇੰਸ਼ੋਰੈਂਸ ਬ੍ਰੋਕਰ ਹੀ ਦੱਸ ਸਕਦਾ ਵੀ ਕਿਹੜੇ ਕਿਹੜੇ ਡਿਸਕਾਊਂਟ, ਕੌਣ ਕੌਣ ਬੰਦਾ ਕਿਵੇਂ ਕੁਆਲੀਫਾਈ ਕਰ ਸਕਦਾ. ਤਾਂ ਉਹ ਇਹ ਹੈ ਵੀ ਜਦੋਂ ਤੁਸੀਂ ਗੱਲ ਕਰੋਗੇ ਤਾਂ ਫਿਰ ਉਹਦੇ 'ਚ ਅਸੀਂ ਤੁਹਾਨੂੰ ਐਕਸਪਲੇਨ ਕਰ ਦਾਂਗੇ ਵੀ ਕਿਹੜੇ ਡਿਸਕਾਊਂਟ ਲਈ ਤੁਸੀਂ ਐਲੀਜੀਬਲ ਹੋ. ਬਿਲਕੁਲ ਜੀ, ਬਹੁਤ ਵਧੀਆ. ਜਿਵੇਂ ਕਿ ਕੁਲਦੀਪ ਚਾਲ ਜੀ ਬਹੁਤ ਵਧੀਆ ਬੁਲਾ ਰਹੇ ਨੇ, ਬਹੁਤ ਚੰਗੇ ਤਰੀਕੇ ਨਾਲ ਐਕਸਪਲੇਨ ਕਰਦੇ ਨੇ ਵੀ ਹਰੇਕ ਪੁਆਇੰਟ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਇਕੱਲੀ ਇਕੱਲੀ ਚੀਜ਼ ਨੂੰ, ਇਕੱਲੇ ਇਕੱਲੇ ਪੁਆਇੰਟ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ. ਤੇ ਮੈਂ ਵੀ ਚਾਹੁੰਦੀ ਵੀ ਕਿਸੇ ਨੇ ਵੀ ਆਪਣੀ ਕੋਈ ਇੰਸ਼ੋਰੈਂਸ ਕਰਵਾਉਣੀ ਹੈ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਬਿਲਕੁਲ ਕੁਲਦੀਪ ਚਾਲ ਜੀ ਨਾਲ ਕੰਟੈਕਟ ਕਰ ਸਕਦੇ ਨੇ. ਇੱਕ ਵਾਰੀ ਆਪਣਾ ਤੁਸੀਂ ਫੋਨ ਨੰਬਰ ਤੇ ਐਡਰੈਸ ਸਾਡੇ ਦਰਸ਼ਕਾਂ ਨੂੰ ਦੱਸ ਦਿਓ. ਫੋਨ ਨੰਬਰ ਹੈ ਜੀ 905-565-6644. ਮੈਂ ਰਿਪੀਟ ਕਰ ਦਿੰਦਾ ਜੀ 905-565-6644. ਤੇ ਐਡਰੈਸ ਤੁਹਾਡੇ ਨਾਲ ਹੀ ਹੈ, 1332 ਖਾਲਸਾ ਡਰਾਈਵ ਯੂਨਿਟ ਨੰਬਰ 11. ਬਿਲਕੁਲ ਜੀ, ਤੁਸੀਂ ਕੁਲਦੀਪ ਚਾਲ ਜੀ ਨਾਲ ਗੱਲਬਾਤ ਕਰਕੇ ਜਿਹੜੀ ਤੁਹਾਨੂੰ ਇੰਸ਼ੋਰੈਂਸ ਦੇ ਰਿਗਾਰਡਿੰਗ ਕੋਈ ਵੀ ਕੁਐਰੀ ਹੈ, ਤੁਸੀਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਤੁਸੀਂ ਬਿਲਕੁਲ ਇਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਆਪਣਾ ਮਸਲਾ ਤੁਸੀਂ ਹੱਲ ਕਰਵਾ ਸਕਦੇ ਹੋ. ਇਹਦੇ ਨਾਲ ਹੀ ਤੁਸੀਂ ਮੈਨੂੰ ਅਮਨਦੀਪ ਕੌਰ ਨੂੰ ਤੇ ਕੁਲਦੀਪ ਚਾਲ ਜੀ ਨੂੰ ਦਿਓ ਇਜਾਜ਼ਤ. ਧੰਨਵਾਦ, ਸਤਿ ਸ਼੍ਰੀ ਅਕਾਲ. ਥੈਂਕ ਯੂ ਅਮਨ, ਥੈਂਕ ਯੂ.